ਗਾੜੀ ਸਾਰਾ ਚੈੱਕ ਕਰੋ ਗਵਰਨਮੈਂਟ ਆ ਦੇ ਕੱਟਣ ਮੈਨੂੰ ਪਰ ਰੇਲਵੇ ਸਟੇਸ਼ਨ ਤੇ ਪਹੁੰਚੇ ਆ ਪਰ ਚੱਕਰ ਪੈ ਗਿਆ ਜੀ ਜੀ ਮਿੱਤਰੋ ਕਿੱਦਾਂ ਕਰ ਰਿਹਾ ਹੋ ਸਾਰੇ ਚੰਗੇ ਹੋ ਗਏ ਅਤੇ ਅੱਜ ਸਾਡੀ ਵਾਪਸੀ ਆ ਪਿੰਡਾਂ ਨੂੰ ਅਸੀਂ ਆਏ ਨਹੀਂ ਦਿੱਲੀ ਆ ਸਾਡੀ ਵਾਪਸੀ ਪਿੰਡਾਂ ਨੂੰ ਅਤੇ ਟਾਈਮ ਹੋ ਗਿਆ ਜੇ 1:11 ਅਤੇ 2 ਵਜੇ ਸਾਡੀ ਟ੍ਰੇਨ ਆ ਅਤੇ ਟਾਈਮ ਮਿੱਤਰੋ ਬੜਾ ਘੱਟ ਜੇ ਨਿਊ ਦਿੱਲੀ ਜਾਣਾ ਅਤੇ ਛੇਤੀ ਚੱਲੀਏ ਤੂੰ ਬਣਾ ਲਾ ਵੀਡੀਓ ਬਣਾ ਇੱਧਰ ਇੱਕ ਵੀਡੀਓ ਬਣਾਉਣ ਡਿਆ ਜੇ ਇਹੋ ਕੈਮਰਾ ਨੇ ਆ ਜਾ ਬਣਾਈ ਜਾ ਵੀਡੀਓ ਮਿੱਤਰੋ ਆਪਾਂ ਹੋ ਗਏ ਲੇਟ ਹੋ ਗਏ ਕਿੰਨਾ ਟਾਈਮ ਹੋਇਆ 1:50 ਤੇ 2:05 ਟ੍ਰੇਨ ਗਏ ਅਜੇ ਆਪਾਂ ਰਾਜੀਵ ਚੌਂਕ ਫਿਰ ਅੱਡੇ ਹਾਂ ਅਗਲਾ ਸਟੇਸ਼ਨ ਆ ਦਿੱਲੀ ਬਾਕੀ ਵਿਹਨੇ ਹਾਂ ਅਤੇ ਬਾਕੀ ਹੁਣ ਵਿਹਨੇ ਹਾਂ ਯਾਰ ਲੇਟ ਨਾ ਹੋ ਜਾਈਏ ਬਸ ਟ੍ਰੇਨ ਮਿਸ ਹੋਈ ਨਹੀਂ ਜੇ ਆਪਾਂ ਲੇਟ ਹੋ ਗਏ ਤਾਂ ਟ੍ਰੇਨ ਮਿਸ ਹੋਈ ਨਹੀਂ ਜੇ ਆਪਾਂ ਲੇਟ ਹੋ ਗਏ ਅਤੇ ਬਾਕੀ ਤੁਹਾਨੂੰ ਮਿਲਦੇ ਆਪਾਂ ਪਹੁੰਚ ਕੇ ਦਿੱਲੀ ਆਟੋ 'ਚ ਆ ਗਏ ਹੁਣ ਕਾਲੀਆਂ ਪਈਆਂ ਨੇ ਜਲਦੀ ਜਲਦੀ ਕਾਂਡੇ ਦੇ ਪਹਿਲਾਂ 12 ਵਜੇ ਤੱਕ ਉੱਥੇ ਹੀ ਨਹੀਂ ਸਹੀ ਕਹਿੰਦੇ ਆ ਦੌੜ ਜਾਣਾ ਚਾਹੀਦਾ ਓਏ ਇਹਨੇ ਮੈਨੂੰ ਕਿਹਾ ਵੀ ਸੀ ਜਾਂਦਾ ਉੱਠ ਜਾ ਮੈਂ ਉੱਠਿਆ ਹੀ ਚਲੋ ਕੋਈ ਨਾ ਹੱਸੇ ਪਰ ਰੇਲਵੇ ਸਟੇਸ਼ਨ ਤੇ ਪਹੁੰਚੇ ਆ ਪਰ ਚੱਕਰ ਪੈ ਗਿਆ ਜੀ ਲੋਕ ਕਹਿੰਦੇ ਜਿਹੜੀ ਸਾਡੀ ਟ੍ਰੇਨ ਆ ਟ੍ਰੇਨ ਨੰਬਰ 12203 ਦੇ ਪੁਰਾਣੀ ਦਿੱਲੀ ਆਉਂਦੀ ਆ ਪਰ ਆਪਾਂ ਔਨਲਾਈਨ ਚੈੱਕ ਕੀਤਾ ਉਹ ਇੱਥੇ ਆਉਂਦੇ ਆ ਨਵੀਂ ਦਿੱਲੀ ਆਉਂਦੇ ਅਤੇ ਆਪਾਂ ਨਵੀਂ ਦਿੱਲੀ ਬੈਠੇ ਆ ਹੁਣ ਦੇਖੋ ਰੱਬ ਦੇ ਸਾਡੇ ਟ੍ਰੇਨ 'ਚ ਪੁਰਾਣੀ ਦਿੱਲੀ ਆ ਗਈ ਤਾਂ ਲੰਘ ਜੂਗੀ ਜੇ ਨਵੀਂ ਦਿੱਲੀ ਆ ਗਈ ਤਾਂ ਸਾਡੀ ਕਿਸਮਤ ਜ਼ਿਆਦਾ ਬਾਕੀ ਆਹ ਚੈੱਕ ਕਰੋ ਆਹ ਟ੍ਰੇਨ ਜੀ ਸਾਡੀ ਕਿਸਮਤ ਹੋਈ ਤੇ ਆਹ ਵੇਖੋ ਮਿੱਤਰੋ ਟ੍ਰੇਨ ਲੰਘ ਗਈ ਆ ਫਿਰ ਦਿੱਲੀ ਅੱਜ ਕਿ ਨਹੀਂ ਹੋਏ ਜਾਂ ਪਤਾ ਕੀ ਚੱਕਰ ਪਿਆ ਟਿਕਟ 'ਤੇ ਲਿਖਿਆ ਸੀ ਕਿ ਨਵੀਂ ਦਿੱਲੀ ਆਉਣੀ ਆ ਅਤੇ ਟ੍ਰੇਨ ਆ ਗਈ ਪੁਰਾਣੀ ਦਿੱਲੀ ਅਤੇ ਅਸੀਂ ਆਉਂਦੇ ਆਉਂਦੇ ਨੂੰ ਸਾਨੂੰ ਲੱਗ ਗਿਆ ਟਾਈਮ ਅਤੇ ਨਿਕਲ ਗਈ ਟ੍ਰੇਨ 'ਤੇ ਫਿਰ ਆਪਾਂ ਲੈ ਲਈਆਂ ਟਿਕਟਾਂ ਘਰ ਨੂੰ ਹੁਣ ਚੱਲੇ ਹਾਂ ਮੈਟਰੋ 'ਤੇ ਕੁਛ ਮਿੰਟ ਆਹ ਕਰੀਏ ਕਰੋਸ ਆਪਾਂ ਲਾਲ ਨੂੰ ਚੱਜ ਲਾ ਗਾਲਾਂ ਡਿਆ ਨਹੀਂ ਕੱਢਣਾ ਮੈਨੂੰ ਇਹ ਗਲਤ ਸਟੇਸ਼ਨ ਉਤਾਰਤਾ ਮੈਂ ਇੱਕ ਸਟੇਸ਼ਨ ਪਹਿਲਾਂ ਰੋਡੀ ਖੰਡੇ ਦੂਰ ਦੂਰ ਤੱਕ ਕੋਈ ਨਿਸ਼ਾਨ ਹੀ ਨਹੀਂ ਕਿੱਥੇ ਜਾ ਰਿਹਾ ਚੂਹੇ ਕਰ ਖਾਸ ਥੋੜ੍ਹੇ ਕੀ ਹੋ ਸ਼ੁਕਰ ਬੜੀਆ ਗਾਲਾਂ ਕੱਢਣ ਡਿਆ ਕੈਬ ਹੀ ਨਹੀਂ ਆਉਂਦੀ ਯਾਰ ਘੰਟਾ ਹੋ ਗਿਆ ਕੈਬ ਬੁੱਕ ਕੀਤੀ ਨੂੰ ਅਸੀਂ ਤਾਂ ਆਏ ਫਾਦਰ ਸਾਹਿਬ ਦੀ ਡਿਊਟੀ ਵਾਲੀ ਜਗ੍ਹਾ ਆਏ ਤੇ ਕੈਬ ਹੀ ਨਹੀਂ ਬੁੱਕ ਹੋਣੀ ਇੱਕ ਚੀਜ਼ ਦਿਖਾਵਾਂ ਮੈਂ ਤੁਹਾਨੂੰ ਦਿਖਾਉਂਦਾ ਜੰਗਲ ਹੀ ਜੰਗਲ ਜੇ ਗਾੜੀ ਸਾਰਾ ਚੈੱਕ ਕਰੋ ਇੱਧਰ ਵੇਖੋ ਇੱਥੋਂ ਪਤਾ ਲੱਗਣਾ ਜੰਗਲ ਜੰਗਲ ਨਹੀਂ ਤੇ ਬਿਜਲੀ ਘਰ ਦੇ ਬਿਜਲੀ ਘਰ ਕਿੰਨਾ ਟਾਈਮ ਲੱਗਣਾ ਉਹਨੂੰ 20 ਮਿੰਟ ਅਤੇ 20 ਮਿੰਟ ਲੱਗਣੇ ਸ਼ਾਇਦ ਹਾਂ ਉਹੀ ਹੈ ਜੀ ਦੇ ਮਿੱਤਰੋ 2 ਘੰਟੇ ਬਾਅਦ ਕੈਬ ਆਈ ਜੀ ਹੈਨਾ ਪਹਿਲਾਂ ਨਹੀਂ ਕਰਾਈ ਸੀ ਇਹ ਹੁਣ ਉਬਰ ਤੋਂ ਕਰਾਈ ਤਾਂ ਆ ਗਈ ਪਹਿਲਾਂ ਦੂਜੇ ਤੋਂ ਕਰਾਈ ਮੈਂ ਐਪ ਦਾ ਨਾਂ ਨਹੀਂ ਚੇਤਾ ਆਉਂਦਾ ਉੱਤੋਂ ਕਰਾਈ ਅਤੇ 2 ਕੈਬਾਂ ਕਰਾਈਆਂ ਤਾਂ ਵੀ ਕੈਂਸਲ ਕਰਨੀਆਂ ਪਈਆਂ ਆਈਆਂ ਨਹੀਂ ਵਾਹਵਾ ਟਾਈਮ ਖਾਣ ਡਿਆ ਅਤੇ ਹੁਣ ਤਾਂ ਆ ਗਈ ਕੈਬ ਟ੍ਰੈਫਿਕ ਵੀ ਆ ਗਿਆ ਅਤੇ ਚਲੋ ਹੁਣ ਮਿਲਦੇ ਤੁਹਾਨੂੰ ਮਿੱਤਰੋਂ ਆ ਜੇ ਅਗਲਾ ਦਿਨ ਅਤੇ ਅਗਲੇ ਦਿਨ ਮਿਲ ਗਈ ਸਾਨੂੰ ਦਿਨ 7:15 ਸਾਰੇ ਰਾਹ ਚ ਨਹੀਂ
ਬਾਕੀ ਉਹ ਤੇ ਵੈਸੇ ਕਾਫੀ ਤੱਕ ਖਾਲੀ ਹੋ ਗਈ ਪਹਿਲਾਂ ਹੀ ਚੀਜ਼ ਹੈ ਤੇ ਆਪਾਂ ਜਲੰਧਰ ਤੋਂ ਚੇਂਜ ਕਰਨੀ ਆ ਟ੍ਰੇਨ ਜਲੰਧਰ ਤੋਂ ਚੇਂਜ ਕਰਨੀ ਆ ਪਠਾਨਕੋਟ ਐਕਸਪ੍ਰੈਸ ਬਿਆਸ ਤੋਂ ਕਿਉਂਕਿ ਆਹ ਟ੍ਰੇਨ ਜਲੰਧਰ ਤੋਂ ਜੇ ਕਪੂਰਥਲੇ ਚਲ ਜਾਂਦੀ ਆਪਾਂ ਜਲੰਧਰ ਤੋਂ ਕਰਾਂਗੇ ਚੇਂਜ ਚਲੋ ਮਿਲਦੇ ਤੁਹਾਨੂੰ ਹੁਣ ਆਪਾਂ ਜਲੰਧਰ ਜਾਂਦੇ ਜਿੱਥੇ ਆਪਾਂ ਪਹੁੰਚ ਚੱਲੇ ਆ ਬਿਆਸ 5 ਕਿਲੋਮੀਟਰ ਰਹਿ ਗਿਆ ਮਿਲਦੇ ਤੁਹਾਨੂੰ ਇਹ ਬਿਆਸ ਪਹੁੰਚ ਕੇ ਤੇ ਕਰੋ ਬਾਕੀ ਇੰਜੋਏ ਚੱਲ ਓਦਾਂ ਬੜੀ ਹੋਣੀ ਚੱਲ ਆਉਣ ਵਾਲੇ ਫਸਣਾ ਜਿਹੜੇ ਮਿੱਤਰ ਹੋ ਗਿਆ ਟਾਈਮ ਸਾਡਾ ਉੱਤਰ ਹੁੰਦਾ ਸੀਵਨ ਆਇਆ ਵੇ ਚਲੋ ਮਿੱਤਰੋ ਪਹੁੰਚ ਗਏ ਆਪਾਂ ਕਿੰਨੇ ਦਿਨਾਂ ਬਾਅਦ ਆਏ ਹਾਂ ਹੁਸ਼ ਹੀ ਨਹੀਂ ਸਾਰੇ ਰਾਹ ਆਟੋ ਉਹ ਭਰਾਵਾ ਬੱਸ ਸਟੈਂਡ ਆਟੋ ਫੜ ਬੱਸ ਸਟੈਂਡ ਥੋੜ੍ਹੀ ਇੱਥੋਂ ਚੜ੍ਹ ਜਾਣਾ ਮਾਰਿਆ ਆਹ ਪੁੱਲ ਜਿਹਾ ਪਾਰ ਕਰਕੇ ਚੜ੍ਹ ਜਾਣਾ ਵਾ ਭਰਾਵਾ ਆਹ ਪੁੱਲ ਪਾਰ ਕਰਕੇ ਚੜ੍ਹ ਜਾਣਾ ਵਾ ਕਹਿੰਦਾ ਆਟੋ ਕਰ ਵੀ ਤੁਰਲਾ ਇੱਥੇ ਕਿਹੜੀ ਮੈਟਰੋ ਵਾ ਮੈਟਰੋ ਭਾਲਦਾ ਰਿਹਾ ਮੈਨੂੰ ਤਾਂ ਅੱਜ ਪਤਾ ਲੱਗਾ ਲਿਫਟ ਵੀ ਆ ਗਈ ਬਿਆਸ ਕਿਉਂਕਿ ਕਦੀ ਆ ਸਟੇਸ਼ਨ ਸਾਡੇ ਗਾੜੀ ਗਾੜੀ ਇੱਕ ਬੱਸ ਲੰਘ ਗਈ ਉਹ ਰੋਡਵੇਜ਼ ਬੱਸ ਹੀ ਲੰਘ ਗਈ ਹੁਣ ਪਤਾ ਨਹੀਂ ਕਦੋਂ ਆਵੇ ਯਾਰ ਆਉਣ ਡੀ ਆ ਹੈਂ ਬੱਸ ਫਿਰ ਐਂ ਕਾਹਤੋਂ ਕੀਤਾ ਕਰਦਾ ਇੱਥੇ ਦੂਰ ਦੂਰ ਤਾਂ ਕੋਈ ਬੱਸ ਹੀ ਨਹੀਂ ਹੈ ਆਪਾਂ ਇੱਥੋਂ ਫੜਨੀ ਮੈਂ ਤੇਰੀ ਬੱਸ ਤੇ ਬਾਕੀ ਹੁਣ ਚਲੋ ਲਿੰਬੋ ਲਿਮਕਾ ਦੂਰ ਮੁਰੰਡਾ ਗੰਦਾ